ਸਮਾਜ ਸੇਵਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਮੈਂ ਮਨਜਿੰਦਰ ਸਿੰਘ ਕੰਗ। ਦੋਸਤੋ, ਆਪ ਸਭ ਨੂੰ ਪਤਾ ਹੈ ਕਿ ਸਰਪੰਚੀ ਦੀ ਇਲੈਕਸ਼ਨ ਆ ਜਿਹੜੀ ਬਿਲਕੁਲ ਸਿਖਰਾਂ 'ਤੇ ਚੱਲ ਰਹੀ ਆ। ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ, ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਧਰਮੂਚੱਕ। ਇੱਥੋਂ ਦੇ ਸਰਦਾਰ ਸ਼ੰਕਰ ਸਿੰਘ ਜੋ ਕਾਂਗਰਸ ਵੱਲੋਂ ਕੈਂਡੀਡੇਟ ਆ, ਅਤੇ ਅੱਜ ਤੁਹਾਡੀ ਉਹਨਾਂ ਨਾਲ ਕਰਾਉਂਦੇ ਹਾਂ ਗੱਲਬਾਤ, ਕਿਉਂਕਿ ਹਰ ਇੱਕ ਬੰਦੇ ਦਾ ਕੋਈ ਸੁਪਨਾ, ਕੋਈ ਏਮ, ਕੋਈ ਮੁੱਦਾ ਹੁੰਦਾ, ਅਤੇ ਕਰਦੇ ਹਾਂ ਗੱਲਬਾਤ ਇਹੋ ਜਿਹੀ ਅੱਜ ਸਰਦਾਰ ਸ਼ੰਕਰ ਸਿੰਘ ਨਾਲ। ਸਭ ਤੋਂ ਪਹਿਲਾਂ ਸਰਦਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਜੀ, ਹਰ ਇੱਕ ਬੰਦੇ ਦਾ ਕੋਈ ਸੁਪਨਾ ਹੁੰਦਾ, ਕੋਈ ਏਮ ਹੁੰਦਾ, ਕੋਈ ਮੁੱਦਾ ਹੁੰਦਾ, ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ 'ਤੇ ਚੋਣ ਲੜ ਰਹੇ? ਮੁੱਦੇ ਜੀ, ਜੋ ਵੀ ਆਪਣੇ ਮਜ਼ਦੂਰ, ਹਾਂਜੀ, ਪੇਂਡੂ, ਮਤਲਬ ਜੋ ਸਹੂਲਤਾਂ ਵਾ, ਜੋ ਵੀ ਆਪਣੇ ਕਿਸਾਨ ਆ, ਉਹਨਾਂ ਨੂੰ ਜੋ ਜੋ ਸਹੂਲਤਾਂ ਨਹੀਂ ਮਿਲ ਰਹੀਆਂ, ਜੋ ਆਪਾਂ ਲਿਆ ਕੇ ਦੇ ਸਕਦੇ ਹਾਂ, ਉਹ ਕੋਸ਼ਿਸ਼ ਕਰਾਂਗੇ। ਬਾਕੀ ਜੋ ਆਪਣੇ ਜਿੱਦਾਂ ਸ਼ਹਿਰਾਂ ਵਿੱਚ ਜੋ ਸੀਵਰੇਜ ਵਗੈਰਾ, ਜਿੱਦਾਂ ਕੋਸ਼ਿਸ਼ ਕਰਾਂਗੇ ਵੀ ਨਾਲੀਆਂ ਨੂੰ ਦੀ ਜਗ੍ਹਾ ਸੀਵਰੇਜ ਪਾਏ ਜਾਣ, ਹਾਂਜੀ, ਅਤੇ ਹੋਰ ਜੋ ਵੀ ਸਹੂਲਤਾਂ ਜਿੱਦਾਂ ਦੇ ਸਕਦੇ ਹਾਂ ਅਸੀਂ, ਪੈਨਸ਼ਨਾਂ ਵਗੈਰਾ ਜੋ ਵੀ ਹੋਰ ਵੀ ਕਰਕੇ ਦੇ ਸਕਦੇ ਹਾਂ, ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ, ਆਪ ਜੀ ਦੀ ਪਿੰਡ ਦੀ ਗੱਲ ਕਰੀਏ, ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ ਹੈਗਾ ਜੀ? ਹਾਂਜੀ ਜੀ, ਇਹਦੀ ਤਾਂ ਡਿਸਪੈਂਸਰੀ ਵਗੈਰਾ ਦੀ ਸਾਨੂੰ ਬਹੁਤ ਜ਼ਰੂਰਤ ਆ। ਪਸ਼ੂਆਂ ਦਾ ਹਸਪੀਟਲ ਹੈ ਫਿਲਹਾਲ, ਵੈਸੇ ਸਾਡੀ ਜਿਹੜੀ ਸਕੂਲ ਦਾ ਹੈ ਉਹ ਮਿਡਲ ਕਲਾਸ ਤੱਕ ਹੀ ਹੈ, ਉਹ ਸਾਡੀ ਰਿਕੁਆਇਰਮੈਂਟ ਹੈ ਵੀ ਅੱਗੇ ਪਲੱਸ ਟੂ ਤੱਕ ਹੋਣਾ ਚਾਹੀਦਾ। ਹਾਂਜੀ, ਅਗਰ ਜੇ ਤੁਸੀਂ ਸਰਪੰਚ ਬਣ ਜਾਂਦੇ ਹੋ, ਕਿਉਂਕਿ ਇੱਕ ਵਿਕਾਸ ਵੀ ਤੁਹਾਡੇ ਪਿੰਡ ਦਾ ਬਹੁਤ ਮਾੜਾ ਹੈ, ਅਤੇ ਲਾਇਬ੍ਰੇਰੀ, ਡਿਸਪੈਂਸਰੀ, ਜੋ ਵੀ ਜਿਹੜੀਆਂ ਵੀ ਸਹੂਲਤਾਂ ਤੋਂ ਵਾਂਝਾ, ਫਿਰ ਪਹਿਲ ਦੇ ਆਧਾਰ 'ਤੇ ਹੱਲ ਕਰੋਗੇ? ਹਾਂਜੀ ਜ਼ਰੂਰ ਜੀ, ਦੇਵਾਂਗੇ, ਫਸਟ ਪ੍ਰਾਇਓਰਟੀ ਤਾਂ ਦੇਵਾਂਗੇ ਉਹਨਾਂ ਨੂੰ, ਬਾਕੀ ਜਿੱਥੋਂ ਤੱਕ ਕੋਸ਼ਿਸ਼ ਹੋ ਗਈ ਜ਼ਰੂਰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਜੀ, ਨਸ਼ਿਆਂ ਦੇ ਮੁੱਦੇ 'ਤੇ ਆਪਦੇ ਪਿੰਡ ਦੀ ਗੱਲ ਕਰੀਏ, ਆਪ ਜੀ ਦੇ ਪਿੰਡ, ਆਪ ਜੀ ਨੇ ਇੱਕ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ, ਅੱਜ ਕੱਲ੍ਹ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਵਾਂ ਦੇ ਪੁੱਤ ਮਾਰੇ ਨੇ, ਨਸ਼ੇ ਦੇ ਮੁੱਦੇ 'ਤੇ ਇਸ ਪਿੰਡ ਦੀ ਕੀ ਪੋਜੀਸ਼ਨ? ਨਸ਼ੇ 'ਤੇ ਤਾਂ ਵੈਸੇ ਜੀ ਸਾਡੇ ਇੱਧਰ ਪਿੰਡ ਦਾ ਥੋੜ੍ਹਾ ਮਤਲਬ ਘੱਟ ਹੀ ਜ਼ੋਰ ਆ, ਜ਼ਿਆਦਾ ਮਤਲਬ ਘੱਟ, ਮਤਲਬ ਇੰਨਾ ਨਹੀਂ, ਨਸ਼ਾ ਨਹੀਂ ਆ, ਮਤਲਬ ਜੋ ਮੈਡੀਸਨ ਨਸ਼ਾ ਘੱਟ ਆ, ਬਾਕੀ ਚਲੋ ਥੋੜ੍ਹਾ ਬਹੁਤ ਚੱਲਦਾ ਵਾ ਉਹ ਵੀ। ਨਹੀਂ ਜੀ, ਅਜੇ ਤੱਕ ਨਹੀਂ, ਅਜੇ ਨਹੀਂ ਹੋਈ। ਅਤੇ ਇੱਕ ਮੌਤ ਹੋਈ ਆ ਜੀ ਜੀਤ ਸਿੰਘ ਦੇ, ਉਹਨਾਂ ਦੇ ਘਰ ਮੌਤ ਹੋਈ ਆ ਨਸ਼ਾ। ਜਿਵੇਂ ਆਪ ਜੀ ਦੇ ਪਿੰਡ ਦੀ ਇਹ ਬਹੁਤ ਨਿੰਦਣਯੋਗ ਘਟਨਾ, ਸਾਨੂੰ ਪਹਿਲਾਂ ਵੀ ਪਤਾ ਲੱਗਾ ਵੀ ਇਸ ਪਿੰਡ ਤੋਂ ਇੱਕ ਜਿਹੜਾ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ, ਅਤੇ ਇਹਨੂੰ ਫਿਰ ਖਤਮ ਕਰੋਗੇ ਇੱਥੋਂ ਨਸ਼ਾ? ਹਾਂਜੀ ਜ਼ਰੂਰ, ਕੋਸ਼ਿਸ਼ ਜ਼ਰੂਰ ਕਰਾਂਗੇ ਜੀ, ਬਿਲਕੁਲ ਨਵੀਂ ਪੀੜ੍ਹੀ ਜੋ ਆ ਰਹੀ ਹੈ ਉਹਨਾਂ ਨੂੰ ਅੱਗੇ ਕਿਸ ਤਰ੍ਹਾਂ ਪ੍ਰਚਾਰ ਕਰਕੇ ਜਾਂ ਕੁਛ ਮੈਸੇਜ ਪਹੁੰਚਾ ਕੇ ਉਹਨਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਜੀ, ਬਾਦਲ ਸਰਕਾਰ ਵੱਲੋਂ ਆਟਾ ਦਾਲ ਸਕੀਮ ਚਲਾਈ ਗਈ ਸੀ, ਤੁਹਾਡੇ ਨੋਟਿਸ ਦੇ ਅਨੁਸਾਰ ਉਹ ਸਹੀ ਘਰਾਂ 'ਚ ਹੀ ਪਹੁੰਚ ਰਹੀ ਕਿ ਉਸ ਦੀ ਦੁਰਵਰਤੋਂ ਹੋ ਰਹੀ ਹੈ? ਹਾਂਜੀ, ਵੈਸੇ ਤਾਂ ਕਈ ਸਹੀ ਘਰਾਂ 'ਚ ਜਾ ਰਹੀ, ਵੈਸੇ ਕੁਝ ਪਰਸੈਂਟ ਹੈ ਇਹੋ ਜਿਹੇ ਮਤਲਬ ਹੈ ਜੋ ਅਜੇ ਕਮੀਆਂ ਹੈ ਕੁਛ, ਹਾਂਜੀ, ਤਾਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੋ ਉਹਨਾਂ ਨੂੰ ਜ਼ਰੂਰਤਮੰਦ ਆ ਉਹਨਾਂ ਨੂੰ ਨਹੀਂ, ਉਹ ਉੱਥੋਂ ਤੱਕ ਨਹੀਂ ਪਹੁੰਚ ਰਹੀ, ਮਤਲਬ ਉਹ ਗਲਤ ਉਪਯੋਗ ਵੀ ਹੋ ਰਿਹਾ ਵਿੱਚ ਉਹਦਾ। ਆਪ ਜੀ ਦੇ ਪਿੰਡ ਕੋਈ ਬੱਚਿਆਂ ਦੇ ਖੇਡਣ ਲਈ ਗਰਾਊਂਡ, ਕੋਈ ਜਿੰਮ ਹੈਗਾ ਜੀ? ਹਾਂਜੀ, ਗਰਾਊਂਡ ਹੈ ਜੀ, ਦਾਰਾ ਸਿੰਘ ਸਟੇਡੀਅਮ ਬਣਿਆ ਹੋਇਆ, ਅਤੇ ਜਿੰਮ ਦਾ ਵੀ ਮਤਲਬ ਚੱਲਦੀ ਸੀ, ਹੁਣ ਫਿਲਹਾਲ ਬੰਦ ਆ, ਅਤੇ ਉਹਦੀ ਵੀ ਅੱਗੇ ਗਾਂਹ ਤਿਆਰੀ ਕਰਾਂਗੇ ਫਿਰ ਦੁਬਾਰਾ। ਜਿਵੇਂ ਜੀ ਤੁਸੀਂ ਆਪ ਜੀ ਨੇ ਦੱਸਿਆ ਵੀ ਵਿਕਾਸ ਬਹੁਤ ਮਾੜਾ ਹੈ, ਪਿੰਡ ਸਾਰੀਆਂ ਹੀ ਸਹੂਲਤਾਂ ਤੋਂ ਵਾਂਝਾ ਹੈ, ਅਤੇ ਕਣਕ ਦੀ ਵੀ ਜਿਹੜੀ ਆਟਾ ਦਾਲ ਸਕੀਮ ਆ ਅਤੇ ਉਹਦੀ ਦੁਰਵਰਤੋਂ ਹੋ ਰਹੀ ਆ, ਇਹ ਫਿਰ ਸਾਰਾ ਸਿਸਟਮ ਤੁਸੀਂ ਠੀਕ ਕਰੋਗੇ? ਹਾਂਜੀ ਬਿਲਕੁਲ ਜ਼ਰੂਰ, ਕੋਸ਼ਿਸ਼ ਪੂਰੀ ਰਹੇਗੀ ਜੀ ਦੂਰ ਕਰਨ ਦੀ, ਬਾਕੀ ਸਾਰੇ ਸਹਿਯੋਗ ਨਾਲ ਹੀ ਹੈ ਜੀ, ਸਾਰੇ ਸਹਿਯੋਗ ਦੇਣਗੇ ਪਿੰਡ ਵਾਲੇ ਮਿਲ ਕੇ, ਅਤੇ ਪੱਕਾ ਦੂਰ ਕਰਾਂਗੇ ਜੀ। ਲਾਸਟ ਕੁਐਸਚਨ ਸਰ ਮੇਰਾ ਸਰਦਾਰ ਜੀ, ਆਪ ਜੀ ਆਪਦੇ ਪਿੰਡ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਇਹੋ ਆ ਜੀ,
ਆਪਣੇ ਮਤਲਬ ਜੇ ਸਾਨੂੰ ਅੱਜ ਸੰਯੋਗ ਦੇਣਗੇ, ਹਾਂਜੀ ਸੰਯੋਗ ਦੇ ਕੇ ਆਪਾਂ ਨੂੰ ਮਤਲਬ ਜਿੱਤ ਪ੍ਰਾਪਤ ਹੋਊਗੀ, ਜੋ ਵੀ ਆਪਣਾ ਮਤਲਬ ਆਪਾਂ ਕਰਨ ਯੋਗ ਹੈ ਸੇਵਾ, ਪਿੰਡ ਦੀ ਸੇਵਾ ਕਰਾਂਗੇ ਜਿਸ ਤਰ੍ਹਾਂ ਵੀ ਹੋ ਸਕੇ, ਅਤੇ ਉਹਨਾਂ ਨੂੰ ਆਪਣੀਆਂ ਪਰੇਸ਼ਾਨੀਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਇਹ ਸੀ ਸਰਦਾਰ ਸ਼ੰਕਰ ਸਿੰਘ, ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਆ। ਕਾਂਗਰਸ ਵੱਲੋਂ ਕੈਂਡੀਡੇਟ ਨੇ ਤਾਂ ਬਹੁਤ ਸਾਰੇ ਮੁੱਦੇ ਨੇ ਪਿੰਡ ਦੇ, ਅਤੇ ਸਾਰੇ ਹੀ ਹੱਲ ਪਹਿਲ ਦੇ ਆਧਾਰ 'ਤੇ ਕਰਨ ਦਾ ਅੱਜ ਦਾਅਵਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਪਿੰਡ ਦੇ ਲੋਕਾਂ ਨਾਲ ਕੀਤਾ ਹੈ। ਅਤੇ ਅਸੀਂ ਆਪਣੇ ਕੈਮਰੇ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਦੇ ਹਾਂ ਕਿ ਸਰਦਾਰ ਸ਼ੰਕਰ ਸਿੰਘ ਦਾ ਤੁਸੀਂ ਸਾਥ ਦਿਓ, ਕਿਉਂਕਿ ਪੜ੍ਹੇ ਲਿਖੇ ਇਨਸਾਨ ਨੇ ਅਤੇ ਕੋਈ ਵਧੀਆ ਹੀ ਪਿੰਡ 'ਚ ਕਰੇਗਾ, ਅਤੇ ਇਸ ਕਰਕੇ ਇਹਨਾਂ ਦਾ ਜ਼ਰੂਰ ਸਾਥ ਦਿਓ। ਹੈਲੋ ਜੀ ਦਰਸ਼ਕ ਵੀਰੋ, ਹੁਣ ਇਸ ਪਿੰਡ ਤੋਂ ਸਾਡੇ ਨਾਲ ਇੱਕ ਬਾਬਾ ਜੀ ਵੋਟਰ ਮੌਜੂਦ ਆ, ਬਹੁਤ ਸ਼ੰਕਰ ਸਿੰਘ ਦੇ ਸਪੋਰਟਰ ਨੇ, ਅਤੇ ਕਰਦੇ ਹਾਂ ਗੱਲਬਾਤ। ਬਾਬਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਆਪ ਜੀ ਦੇ ਪਿੰਡ ਦੀ ਇੱਕ ਬਹੁਤ ਨਿੰਦਣਯੋਗ ਘਟਨਾ ਵਾ, ਨਸ਼ਾ ਹੈਗਾ ਪਿੰਡ 'ਚ, ਨੌਜਵਾਨ ਦੀ ਮੌਤ ਹੋਈ ਆ, ਇਹ ਫਿਰ ਪਹਿਲ ਦੇ ਆਧਾਰ 'ਤੇ ਹੱਲ ਕਰਾਓ। ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਇੰਟਰੋਡਕਸ਼ਨ ਦਿਆਂ, ਮੈਂ ਡਿਪਟੀ ਕਮਿਸ਼ਨਰ ਰਿਟਾਇਰ BSF 'ਚੋਂ, ਅਤੇ ਪਿੰਡ ਦੇ ਵਿੱਚ ਕਾਫੀ ਪਹਿਲਾਂ ਮੈਂ ਰਿਟਾਇਰਮੈਂਟ ਤੋਂ ਬਾਅਦ ਆਪਣੇ ਲੈਵਲ 'ਤੇ ਵੀ ਕੰਮ ਕਰਾਏ ਆ। ਸਟੇਡੀਅਮ ਜਿਹੜਾ ਬਣਾਇਆ ਵਾ ਉਹ ਦਾਰਾ ਸਿੰਘ ਜੀ ਸਾਡੇ MP ਸੀ, ਉਹਨਾਂ ਤੋਂ 20 ਲੱਖ ਰੁਪਇਆ ਲਿਆ ਕੇ ਬਹੁਤ ਅੱਛਾ ਸਟੇਡੀਅਮ ਬਣਾਇਆ, ਜੋ ਕਿ ਇਸ ਵੇਲੇ ਬਿਲਕੁਲ ਵਰਕਿੰਗ ਹਾਲਤ 'ਚ ਆ। ਅਤੇ ਬਾਕੀ ਵਗਾਏ ਵੈਸੇ ਇਸ ਵੇਲੇ ਮੈਂ ਅੰਮ੍ਰਿਤਸਰ ਸੈਟਲ ਹਾਂ, ਪਰ ਪਿੰਡ ਨਾਲ ਮੇਰਾ ਬਹੁਤ ਇੰਟਰਸਟ ਆ, ਅਤੇ ਹੁਣ ਪੂਰਾ ਦਿਲਚਸਪ ਜਿਹਨਾਂ ਨੇ ਮੁੰਡੇ ਦੀ ਮਦਦ ਕਰ ਰਹੇ ਹਾਂ, ਔਰ ਇਹੀ ਸਾਡੀ ਕੋਸ਼ਿਸ਼ ਹੈ ਕਿ ਪਿੰਡ ਨੂੰ ਇੱਕ ਬੁਲੰਦੀਆਂ 'ਤੇ ਲੈ ਕੇ ਜਾਈਏ, ਮਾਡਰਨ ਪਿੰਡ ਬਣਾ ਕੇ ਪਿੰਡ ਕਰੀਏ। ਸਾਡੇ ਜਿੰਨੇ ਵੀ ਸਹਿਯੋਗੀ ਆ, ਇੱਕ NI ਵੀਰ ਆ, ਉਹ ਸਪੈਸ਼ਲੀ ਇਸੇ ਵਾਸਤੇ ਆਏ ਆ, ਉਹ ਕੋਲੋਂ ਵੀ ਕੰਮ ਖਰਚ ਕਰ ਰਿਹਾ, ਇਸ ਵੇਲੇ ਗੁਰਦੁਆਰਾ ਸਾਹਿਬ ਬਣਾ ਰਿਹਾ, 10-12 ਲੱਖ ਰੁਪਈਆ ਉਹਨਾਂ ਨੇ ਆਪਣੇ ਕੋਲੋਂ ਗੁਰਦੁਆਰੇ ਸਾਹਿਬ 'ਤੇ ਲਾ ਤਾ। ਸਾਡਾ ਏਮ ਇਹੋ ਹੀ ਆ, ਗੌਰਮੈਂਟ ਨੇ ਜੋ ਦੇਣਾ ਦੇਣਾ, ਅਦਰਵਾਈਜ਼ ਅਸੀਂ ਆਪਣੀ ਤਰਫੋਂ ਕੋਸ਼ਿਸ਼ ਕਰਕੇ ਪਿੰਡ ਦਾ ਇੱਕ ਵਾਰੀ ਨਿਵਾਰ ਬਦਲਣ ਦੀ ਕੋਸ਼ਿਸ਼ ਕਰਾਂਗੇ। ਹਾਂ, ਜਿਵੇਂ ਜੀ ਆਪ ਜੀ ਦੇ ਪਿੰਡ ਦੇ ਬਹੁਤ ਸਾਰੇ ਮਸਲੇ ਨੇ, ਜਿਵੇਂ ਵਿਕਾਸ ਬਹੁਤ ਮਾੜਾ ਹੈ, ਲਾਇਬ੍ਰੇਰੀ, ਡਿਸਪੈਂਸਰੀ, ਪਸ਼ੂਆਂ ਦਾ ਹਸਪਤਾਲ, ਸਕੂਲ ਨੂੰ ਵੀ ਅਪਗ੍ਰੇਡ ਕਰਨਾ ਪਵੇਗਾ, ਇਹ ਫਿਰ ਸਾਰੇ ਪਹਿਲ ਦੇ ਆਧਾਰ 'ਤੇ ਬਿਲਕੁਲ ਪੈਰ 'ਤੇ, ਜੋ ਸੋਸ਼ਲ ਵਰਕ ਆ ਬਿਲਕੁਲ ਪੈਰ ਦੇ, ਅਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ 2 ਕਿਸਮ ਦੇ, ਇੱਕ ਪਰਸਨਲ ਕੰਮ ਨਾਲ ਲੋਕ ਜੁੜੇ ਹੁੰਦੇ ਆ, ਪਰਸਨਲ ਵੀ ਕਰਾਂਗੇ ਲੇਕਿਨ ਅਨਡਿਊ ਜਿਹੜੇ ਆ ਉਹਨਾਂ ਵੱਲ ਧਿਆਨ ਨਹੀਂ ਦੇਵਾਂਗੇ। ਸਾਡਾ ਸਿਰਫ ਅਤੇ ਸਿਰਫ ਇੱਕੋ ਇੱਕ ਕੋਸ਼ਿਸ਼ ਆ ਕਿ ਪਿੰਡ ਦੀ ਡਿਵੈਲਪਮੈਂਟ ਕਰੀਏ, ਔਰ ਜੋ ਵੀ ਮਸਲੇ ਪਿੰਡ ਦੇ, ਜੋ ਅੱਜ ਇੱਕ ਨਾਗਰਿਕ ਨੂੰ ਸਹੂਲਤ ਚਾਹੀਦੀ ਆ, ਕਿਸੇ ਕਿਸੇ ਮੈਡੀਕਲ ਦੀ, ਐਜੂਕੇਸ਼ਨ ਦੀ ਆ, ਉਹ ਜ਼ਿਆਦਾ ਕੋਸ਼ਿਸ਼ ਕਰਾਂਗੇ ਪੂਰੀ ਦੀ। ਗੌਰਮੈਂਟ ਤੋਂ ਬਹੁਤ ਗੌਰਮੈਂਟਾਂ ਸਕੀਮਾਂ ਕੱਢ ਰਹੀਆਂ ਜਿਨ੍ਹਾਂ ਦਾ ਕਿ ਆਮ ਲੋਕਾਂ ਨੂੰ ਪਿੰਡਾਂ 'ਚ ਪਤਾ ਹੀ ਨਹੀਂ ਹੈ, ਉਹ ਚੀਜ਼ਾਂ ਲਿਆ ਕੇ ਲੋਕਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਦੇਣ ਦੀ।